ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸਿੰਘਪੁਰਾ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ। ਇੱਕ ਮੱਝ ਤੁਹਾਨੂੰ ਵਿਖਾਉਣੀ ਹੈ, ਜਿਹਦੀ ਬੇਲ ਕਾਫੀ ਲੰਮੀ ਆ ਅਤੇ ਸਰੀਰੋਂ ਵੀ ਜਿਹੜਾ ਭਾਰੀ ਆ ਕਾਫੀ। ਰੇਟ ਵੀਰ ਜੀ ਹੋਣੀ ਕਹਿੰਦੇ ਕਿ ਇਹਦਾ ਆਪਾਂ ਜਾਇਜ਼ ਹੀ ਕਰਨਾ। ਅਤੇ ਇੱਕ ਤੁਹਾਨੂੰ ਜਿਹੜੀ ਆ ਵੈਡ ਤੁਹਾਨੂੰ ਦਿਖਾਉਣੀ ਆ, ਗਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਬਿਲਕੁਲ ਤਾਜ਼ੀ ਜੀ ਸੂਣ ਹੀ ਦਈ ਆ। ਜਦੋਂ ਬਹਿ ਗਈ ਤਾਂ ਉਦੋਂ ਜਿਹੜਾ ਇੰਨੇ ਸੂ ਪੈਣਾ ਵਾ। ਜੇ ਆਓ ਜਿਹੜੀ ਡਿਟੇਲ ਇਹਨਾਂ ਦੀ ਆਪਾਂ ਵੀਰ ਤੋਂ ਪੁੱਛਦੇ ਹਾਂ। ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਕੀ ਹਾਲ ਚਾਲ ਜੀ? ਠੀਕ ਠਾਕ ਜੀ। ਅਤੇ ਵੀਰ ਜੀ ਨਾਮ ਦੱਸ ਦਿਓ ਜੀ ਆਪਣਾ। ਨਾਮ ਵੀਰ ਜੀ ਮੇਰਾ ਹਰਪ੍ਰੀਤ ਸਿੰਘ। ਅੱਛਾ ਜੀ। ਪਿੰਡ ਸਿੰਘਪੁਰਾ। ਹਾਂਜੀ। ਸਿਵਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ। ਠੀਕ ਹੈ ਜੀ। ਅਤੇ ਫੋਨ ਨੰਬਰ ਬੋਲਦੇ ਵੀਰ ਜੀ ਇੱਕ ਵਾਰੀ? ਫੋਨ ਨੰਬਰ 6842 41 43। ਠੀਕ ਹੈ ਜੀ। ਅਤੇ ਵੀਰ ਜੀ ਆਪਾਂ ਨੂੰ ਕਿੰਨਾ ਕੁ ਚਿਰ ਹੋ ਗਿਆ ਜੀ ਵਪਾਰ ਦਾ ਕੰਮ ਕਰਦਿਆਂ ਨੂੰ? ਵਪਾਰ ਕਰਦਿਆਂ ਨੂੰ 25-26 ਸਾਲ ਹੋ ਗਿਆ, ਡੈਡੀ ਹੁਣੀ ਕਰਦੇ ਸੀ। ਅੱਛਾ ਜੀ। ਅਤੇ ਹੁਣ ਮੈਨੂੰ ਵੀ 5-6 ਸਾਲ ਹੋ ਗਏ ਨਾਲ ਚਾਹੀਦਾ। ਅੱਛਾ, ਤੁਹਾਨੂੰ 5-6 ਸਾਲ ਹੋ ਗਏ ਅਤੇ ਹੁਣ ਜਿਹੜਾ ਫਾਦਰ ਸਾਹਿਬ ਪਹਿਲਾਂ ਜਿਹੜਾ 25 ਸਾਲ ਦਾ ਜਿਹੜਾ ਕੰਮ ਨਾਲ ਹੀ ਚਾਹੀਦਾ, ਉਹ ਵੀ ਨਾਲ ਹੀ ਮਤਲਬ ਚੰਗਾ ਐਕਸਪੀਰੀਅੰਸ ਹੈਗਾ ਵਾ, ਹੈ ਨਾ, ਪਸ਼ੂ ਬਾਰੇ ਜਾਣਕਾਰੀ ਹੈਗੀ ਚੰਗੀ। ਠੀਕ ਹੈ, ਅਤੇ ਆਓ ਸ਼ੁਰੂਆਤ ਕਰਦੇ। ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ 'ਤੇ ਜਿਹੜੀ ਤਾਜ਼ੀ ਸੂਣ ਦੀ ਆ ਜੀ, ਹੈ ਨਾ, ਜਦੋਂ ਬਹਿ ਗਈ ਤਾਂ ਉਦੋਂ ਇਹਨੇ ਸੂ ਪੈਣਾ ਵਾ। ਠੀਕ ਹੈ, ਅਤੇ ਕਿੰਨਵਾਂ ਸੂਆ ਸੂਣਾ ਇਹਨੇ? ਅੱਛਾ, ਦੂਸਰਾ ਸੂਆ ਸੂਣੀ ਆ। ਠੀਕ ਹੈ, ਤੇ ਕਿੰਨਾ ਕੁ ਦੁੱਧ ਚਵਾ ਦੋਗੇ ਦੂਸਰੇ ਸੂਏ ਦੇ? ਜਿਹਨੇ 16-17 ਲੀਟਰ ਕੱਢਿਆ ਵਾ। ਅੱਛਾ, ਤਾਂ ਉਮੀਦ ਆ ਵੀ 20 ਲੀਟਰ ਕੱਢੇਗੀ। ਅੱਛਾ, 20 ਲੀਟਰ 18 ਤੋਂ 20 ਦੇ ਵਿੱਚ ਕੱਢਦੇ ਬੜਾ ਵਾ, ਹੈ ਨਾ। ਠੀਕ ਹੈ, ਤੁਹਾਨੂੰ ਪਤਾ ਵੀ ਜੀ ਇਹੋ ਜਿਹੇ ਚੱਡੇ ਵਾਲੇ ਇੰਨਾ ਨਹੀਂ ਕੱਢਣਾ ਤਾਂ ਫਿਰ ਕੱਢਣਾ ਵੀ। ਹਾਂਜੀ ਹਾਂਜੀ, ਹਵਾਨਾ ਕਾਫੀ ਸੋਹਣਾ ਤਿਆਰ ਕਰਤਾ। ਠੰਡੀ ਠੰਡੀ ਬੜੀ ਆ। ਠੀਕ ਹੈ, ਭਾਵੇਂ ਥੱਲੇ ਬੈਠੇ ਰਹੋ, ਆ ਦੇਖ ਸਕਦੇ ਜੀ। ਇਸ ਤਰ੍ਹਾਂ ਭਾਵੇਂ ਥੱਲੇ ਬਹਿ ਜਾਓ, ਕੋਈ ਗੱਲ ਹੀ ਨਹੀਂ, ਆ ਦੇਖ ਸਕਦੇ ਜੀ। ਇਸ ਤਰ੍ਹਾਂ ਜਿਹੜੀ ਵੀਰ ਜੀ ਉਹਨਾਂ ਨੇ ਧਾਰ ਮਾਰਤੀ ਹੈ ਇਹਦੀ। ਠੀਕ ਹੈ ਜੀ, ਠੀਕ ਹੈ, ਲੈ ਖੋਲ੍ਹਾ ਫਿਰ ਵੀਰ ਜੀ, ਤੋਰ ਦਈਏ ਇੱਕ ਵਾਰੀ। ਅਤੇ ਫਿਰ ਜਿਹੜਾ ਇਹਦਾ ਮੁੱਲ ਆਪਾਂ ਦੱਸਦੇ ਹਾਂ, ਫਿਰ ਇਹ ਕਿ ਜਿਹੜਾ ਗਾਂ ਰਮਾਨ ਆਪਣਾ ਬਹਿ ਜੂਗੀ ਅਤੇ ਜਿਹੜਾ ਸੂਪੂਗੀ। ਹੋ ਸਕਦਾ ਵੀਡੀਓ ਬਣਾਉਂਦੇ ਆ ਜਿਹੜਾ ਇਹ ਸੂਪੇ, ਜੇ ਸਾਡੇ ਹੁੰਦੇ ਆ ਸੂਪੇ, ਫਿਰ ਐਂਡ 'ਤੇ ਆਪਾਂ ਜਿਹੜੀ ਕਲਿੱਪ ਇਹਦੀ ਵੱਖਰੀ ਜੋੜ ਦਾਂਗੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ, ਫਿਰ ਇਹ ਵੀ ਵਿੱਚ ਦਿਖਾ ਦਾਂਗੇ ਕਿ ਬੱਚਾ ਕੀ ਦਿੱਤਾ ਵਾ ਇਹਨੇ। ਠੀਕ ਹੈ ਵੀਰ ਜੀ, ਲੈ ਜਿਓ ਜੀ, ਬਾਕੀ ਤੁਸੀਂ ਦੇਖ ਸਕਦੇ ਜੀ। ਹਵਾਨਾ ਸੋਹਣਾ ਤਿਆਰ ਕੀਤਾ ਵਾ ਜਿਹੜਾ ਇਹ। ਬਾਕੀ ਚਾਲ ਥੋੜ੍ਹੀ ਕੁ ਤੇਜ਼ ਹੀ ਆ ਇਹਦੀ, ਹਾਂ ਦੇਖ ਸਕਦੇ, ਹਵਾਨਾ ਪਛਾਣ ਲਓ ਆਪਾਂ, ਦੇਖ ਸਕਦੇ ਹਵਾਨਾ ਕਾਫੀ ਸੋਹਣਾ ਤਿਆਰ ਕੀਤਾ। ਹਾਂਜੀ ਵੀਰ ਜੀ, ਫਿਰ ਮੁੱਲ ਆਪਾਂ ਇਹਦਾ ਦੱਸੀਏ ਜੀ। ਹੁਣ ਤੁਹਾਨੂੰ ਜਿਹੜੀ ਮੱਝ ਤੁਹਾਨੂੰ ਦਿਖਾਉਣੀ ਆ, ਮੱਝ ਦੀ ਬੇਲ ਕਾਫੀ ਲੰਮੀ ਹੈ। ਇੱਧਰ ਨੂੰ ਇੱਕ ਵਾਰੀ ਵੀਰ ਜੀ ਕਰ ਦਿਓ ਜੀ। ਠੀਕ ਹੈ ਜੀ, ਕਿੰਨਵਾਂ ਸੂਆ ਮੱਝ ਸੂਈ ਹੈ ਜੀ? ਤੀਸਰਾ ਸੂਆ। 9 ਕਿਲੋ ਗੋੜਾ ਭਰਾਂਗੇ, 8 ਕਿਲੋ ਦੀ ਗਰੰਟੀ ਦਾਂਗੇ। ਅੱਛਾ ਜੀ, 4 ਡੰਗ 4 ਘੱਟ ਹੋਏ ਆਪਾਂ ਹੁਣ ਜਾਂਦਾ ਖਰਚਾ ਦਾਂਗੇ। ਅੱਛਾ ਜੀ, ਹਾਂਜੀ, ਦੁੱਧ 13 ਲੀਟਰ ਕਰੇਗੀ ਮੱਝ। ਅੱਛਾ, 13 ਲੀਟਰ ਦੁੱਧ ਕਰ ਜੂਗੀ। ਠੀਕ ਹੈ, ਬੱਚਾ ਵੀ ਖੁੱਲ੍ਹਾ ਰੈਫਰ ਦਿਆ ਲੱਗ ਗਿਆ।
ਅੱਛਾ ਜੀ, ਤੇ ਚਵਾ ਚੁ ਕਿਹੋ ਜਿਹਾ ਵੀ? ਚਲੋ ਫਿਰ ਲਾ ਦੇ ਬੱਚਾ ਨਾ ਇੱਕ ਵਾਰੀ, ਬੱਚੇ ਦਾ ਨਾੜੂ ਆਪਾਂ ਦੇਖ ਸਕਦੇ ਕਾਫੀ ਲੰਮਾ, ਨਾੜੂ ਨਾਲ ਜਾ ਸਕਦੇ ਹਾਂ, ਦੇਖ ਸਕਦੇ ਕਾਫੀ ਲੰਮਾ ਨਾਲ ਨਾੜੂ ਜੇ ਸੁੱਕਾ ਨਹੀਂ ਆ ਪੂਰਾ। ਕਿੰਨੇ ਦਿਨ ਹੋਏ ਵੀਰ ਜੀ ਸੋਈ ਨੂੰ? ਅੱਜ ਤੀਸਰਾ ਦਿਨ ਆ ਜਿਹੜਾ ਸੋਈ ਨੂੰ। ਹਾਂ ਦੇਖ ਸਕਦੇ ਪਿੱਛੇ ਵੀ ਕਾਫੀ ਭਾਰੀ ਹੈ ਮਗਰ ਕੱਟੀ ਆ। ਗਰੰਟੀ ਦੇ ਜ਼ਬਾਨ ਤੇ ਮਾਲ ਜਾਂਦਾ ਵਾ ਜਿਹੜਾ ਸਾਰਾ। ਵੀਰ ਜੀ ਹੁਣ ਕਹਿੰਦੇ ਕਿ ਸਾਡੇ ਕੋਲ ਜਿਹੜਾ ਵਪਾਰੀ ਜ਼ਿਆਦਾ ਮਾਲ ਖੜਦੇ ਆ। ਪਸ਼ੂ ਦੇ ਹਿਸਾਬ ਨਾਲ ਚਲੋ ਜੇ ਵੇਖੀਏ ਤੇ ਠੀਕ ਆ। ਖਾਣਾ ਆਪਾਂ ਦੇਖ ਸਕਦੇ ਹਾਂ, ਖਾਣਾ ਦਾ ਸਾਈਜ਼ ਕਾਫੀ ਪਿਆਰਾ। ਹਾਂਜੀ ਵੀਰ ਜੀ, ਅਗਲੇ ਅਗਲੇ ਥਾਂ ਚ ਧਾਰਾ ਮਾਰ ਦਿਓ ਜੀ। ਠੀਕ ਹੈ ਵੀਰ ਜੀ, ਪਿਛਲੇ ਸਨਾਂ 'ਚ ਵੀ ਧਾਰਾ ਮਾਰ ਦਿਓ ਜੀ। ਹਾਂਜੀ ਠੀਕ ਹੈ ਵੀਰ ਜੀ, ਲੈ ਤੋਰਦੀ ਹੁਣ ਇਹਨਾਂ ਨੂੰ ਅਤੇ ਫਿਰ ਜਿਹੜਾ ਇਹਦਾ ਮੁੱਲ ਆਪਾਂ ਪੁੱਛਦੇ ਹਾਂ ਵੀਰ ਜੀ ਉਹਨਾਂ ਤੋਂ ਕੀ ਮੁੱਲ ਕਰਦੇ ਆ। ਬੱਚੇ ਦਾ ਥੋੜ੍ਹਾ ਜ਼ਿਆਦਾ ਕਰਦੀ ਹੈ, ਮੱਝ ਕਾਫੀ ਦਮ ਵਾਲੀ ਆ, ਜ਼ੋਰ ਕਾਫੀ ਆ, ਮੱਝ ਵਜਨ ਕਾਫੀ ਆ ਤੇ ਬੇਲ ਵੀ ਕਾਫੀ ਲੰਮੀ ਆ, ਭਾਰੇ ਪੱਲੇ ਵਾਲੀ ਮੱਝ। ਬੱਚੇ ਤੋਂ ਬਗੈਰ ਨਹੀਂ, ਬੱਚਾ ਵੀਰ ਜੀ ਨਾਲੇ ਖੋਲ ਲਿਓ, ਬੱਚੇ ਤੋਂ ਬਗੈਰ ਨਹੀਂ ਜਿਹੜਾ ਇਹਨੇ ਤੁਰਨਾ। ਹਾਂ ਦੇਖ ਸਕਦੇ ਮੱਝ ਵੀਰ ਜੀ ਉਹਨਾਂ ਨੇ ਖੁੱਲੀ ਛੱਡਤੀ ਆ ਤੇ ਬੱਚਾ ਜਿਹੜਾ ਸਿਰਫ ਤੁਰਨ ਦੇ ਆ। ਬੱਚੇ ਦਾ ਕਾਫੀ ਕਰਦੀ ਹੈ, ਬਾਕੀ ਥੱਲਿਓ ਵੀ ਦੇਖ ਸਕਦੇ ਜੇ ਤੇ ਪਿੱਛੇ ਵੀ ਕਾਫੀ ਚੌੜੀ ਹੈ ਮੱਝ, ਭਾਰੇ ਪੱਲੇ ਦੀ ਮੱਝ। ਠੀਕ ਹੈ ਵੀਰ ਜੀ, ਮੋੜ ਲਓ ਜੀ, ਹੁਣ ਜਿਹੜਾ ਬੱਚਾ ਹੀ ਸਿਰਫ ਇੰਜ ਮੋੜ ਲੈਣਾ। ਹਾਂ ਦੇਖ ਸਕਦੇ ਜੀ, ਬਾਕੀ ਉੱਪਰਾਂ ਵੀ ਤੁਸੀਂ ਦੇਖ ਸਕਦੇ ਵਜਨ ਚੰਗਾ, ਸੋਹਣੀ ਮੱਝ ਹੈ। ਹਵਾਨਾ ਵੀ ਆਪਾਂ ਦੇਖ ਸਕਦੇ, ਦੁੱਧ 13 ਕੁ ਲੀਟਰ ਦੇ ਕਰੀਬ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਇਹ ਚਵਾ ਦੂਗੀ। ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਚਵਾਈ ਕਰਕੇ ਖੜ੍ਹੇ, ਹਵਾਨਾ ਪਿੱਛੋਂ ਇੱਕ ਵਾਰੀ ਦੇਖ ਸਕਦੇ। ਬਾਕੀ ਹਾਲੇ ਸਵੇਰ ਦਾ ਟਾਈਮ ਹੈ, ਟਾਈਮ ਇੱਕ ਵਾਰੀ ਤੁਹਾਨੂੰ ਵਿੱਚ ਦਿਖਾ ਦਿੰਦੇ ਹਾਂ ਕਰੀਆ, ਫਿਰ ਤਾਂ ਦੇਖ ਸਕਦੇ ਜੀ। ਹਾਂਜੀ ਵੀਰ ਜੀ, ਇਹਦਾ ਚਵਾਈ ਦਾ ਟਾਈਮ ਕਿੰਨੇ ਕੁ ਵਜੇ ਦਾ ਜੀ? ਵੀਰ ਜੀ 5 ਵਜੇ ਚੋਈ। 5 ਵਜੇ ਚੋਈ ਹੈ, ਠੀਕ ਹੈ। ਹੁਣ ਕਿੰਨਾ ਕੁ ਟਾਈਮ ਹੋ ਗਿਆ ਜੀ? ਹੁਣ 11:37 ਹੋਏ ਜੀ। 11:37 ਹੋਏ ਜੀ, ਅਤੇ ਉਸ ਹਿਸਾਬ ਨਾਲ ਜਿਹੜਾ ਕੋਈ ਵੀਰ ਹਵਾਨੇ ਦਾ ਅੰਦਾਜ਼ਾ ਲਗਾਵੇ, ਕਿਉਂਕਿ ਸ਼ਾਮ ਤੱਕ ਹਵਾਨਾ ਜਿਹੜਾ ਇਹ ਸੋਹਣਾ ਭਰੂਗੀ। ਹਾਂ ਦੇਖ ਸਕਦੇ ਪਿੱਛੇ ਇੱਕ ਵਾਰੀ ਫਿਰ ਤੋਂ। ਹਾਂਜੀ ਵੀਰ ਜੀ, ਫਿਰ ਮੁੱਲ ਮਗਰ ਵੀ ਇਹਦੇ ਕੱਟੀ ਆ ਗਈ ਜੇ, ਅਤੇ ਮੁੱਲ ਫਿਰ ਵੀਰ ਜੀ ਇਹਦਾ ਦੱਸੀ, ਦੁੱਧ ਪਹਿਲਾਂ ਦੱਸ ਦਿਓ ਕਿੰਨਾ ਕੁ ਚਵਾ ਜੂਗੀ ਵੀਰ ਜੀ? ਹੁਣ ਕੋਲਾ 9 ਕਿਲੋ। ਹਾਂਜੀ, ਆਪਾਂ 8 ਕਿਲੋ ਦੀ ਗਰੰਟੀ ਦਾਂਗੇ। ਠੀਕ ਆ, ਤੇ ਦੁੱਧ 13 ਕਿਲੋ ਭਰੇਗੀ, 13 ਕਿਲੋ ਚਵਾ ਜੂਗੀ। ਠੀਕ ਆ, ਤੇ ਮੁੱਲ ਫਿਰ ਇਹਦਾ ਦੱਸੀਏ ਆਪਾਂ? ਮੁੱਲ ਵੀਰ ਜੀ ਇਹੋ ਜੀ 80-85 ਦੀ ਵੀ ਵਿਕਦੀ ਆ। ਹਾਂਜੀ ਹਾਂਜੀ, ਪਰ ਆਪਾਂ ਪਹਿਲੀ ਵੀਡੀਓ ਕੋਈ ਮਾਲ ਭਾਣਾ ਲਿਆ ਭਾਣਾ ਜਾਣਾ। ਅੱਛਾ ਜੀ, ਆਪਾਂ 70,000 ਚ ਮਾਨ ਦੇਣਾ। ਅੱਛਾ, 70 ਚ ਮਾਨ ਦੇਣ ਕਰ ਦੋਗੇ, 2,000 ਛੱਡਣਾ ਜੀ, 68 ਦੀ ਦੇ ਦੋਗੇ। ਠੀਕ ਹੈ ਜੀ, ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਜੀ ਫਿਰ? ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਹਾਂ ਦੇਖ ਸਕਦੇ 2 ਪਸ਼ੂ ਜਿਹੜੇ ਵੀਰ ਜੀ ਉਹਨਾਂ ਨੇ ਵਿਕਾਊ ਕੀਤੇ ਆ, ਅਤੇ ਕਿਸੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਅਤੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਅਤੇ ਫਿਰ ਆਪਣਾ ਪਸ਼ੂ ਖਰੀਦੇ ਜੀ, ਕਿਉਂਕਿ ਜਿਹੜੀ ਆ ਗੱਬਣ ਗਾਂ ਇਹਨੇ ਵੀ ਹੁਣੇ ਸੂਈ ਪੈਣਾ ਵਾ ਅਤੇ ਮੱਝ ਤਾਂ ਵੈਸੇ ਵੀ ਸੂਈ ਪਈ ਸੂਈ ਆ,
ਅਤੇ ਬਾਕੀ ਆਪਣਾ ਕੋਈ ਵੀ ਵੀਰ ਤਸੱਲੀ ਕਰੇ। ਜਿਹੜਾ ਵੀਰ ਇੱਥੇ ਨਹੀਂ ਪਹੁੰਚ ਸਕਦਾ, ਇੱਕ ਟਾਈਮ ਭਾਵੇਂ ਵੀਡੀਓ ਕਾਲ 'ਤੇ ਚਵਾ ਲਏ ਅਤੇ ਦੂਸਰੇ ਟਾਈਮ ਆਪ ਇੱਥੇ ਪਹੁੰਚ ਕੇ ਅਤੇ ਜਿਹੜਾ ਵਾ ਆਪ ਹੱਥੀ ਖਾਲੀ ਕਰ ਲਏ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।